ਪ੍ਰੋਗਰਾਮ ਸਟੇਟ ਟਾਕ ਦੇ ਵਿੱਚ ਦਰਸ਼ਕਾਂ ਦਾ ਸਵਾਗਤ ਹੈ ਅੱਜ ਇਸ ਖਾਸ ਐਪੀਸੋਡ ਵਿੱਚ ਇੱਕ ਖਾਸ ਮਹਿਮਾਨ ਦੇ ਨਾਲ ਫੇਰ ਮੁਖਾਤਬ ਹੋਏ ਹਾਂ ਅਸੀਂ ਗੱਲ ਕਰਾਂਗੇ ਨਾਨਕਸ਼ਾਹੀ ਕੈਲੰਡਰ ਬਾਰੇ ਜੋ ਕਿ ਪਿਛਲੇ ਕੁਝ ਮਹੀਨਿਆਂ ਤੋਂ ਕੁਝ ਹਫ਼ਤਿਆਂ ਤੋਂ ਕਾਫੀ ਵਿਵਾਦਾਂ ਵਿੱਚ ਹੈ ਹਾਲਾਂਕਿ ਵਿਵਾਦ ਤਾਂ ਨਾਨਕਸ਼ਾਹੀ ਕੈਲੰਡਰ ਨਾਲ ਅੱਜ ਤੋਂ 10 ਸਾਲ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਜੁੜ ਚੁੱਕਿਆ ਸੀ ਜਦੋਂ ਇਸ ਦੀ ਕ੍ਰਿਟਿਸਿਜ਼ਮ ਦੇਖਿਆ ਗਿਆ ਸੀਗਾ ਲੇਕਿਨ ਦੇਖਿਆ ਗਿਆ ਵੀ ਪਿਛਲੇ ਕੁਝ ਸਾਲਾਂ ਦੇ ਵਿੱਚ ਉਹ ਤਮਾਮ ਕ੍ਰਿਟਿਸਿਜ਼ਮ ਨੂੰ ਦਰਕਿਨਾਰ ਕਰਦੇ ਹੋਏ ਨਜ਼ਰਅੰਦਾਜ਼ ਕਰਦੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਸਾਲ 2003 ਵਿੱਚ ਲਾਗੂ ਕੀਤਾ ਗਿਆ ਹਾਲਾਂਕਿ ਨਾਨਕਸ਼ਾਹੀ ਕੈਲੰਡਰ ਦੇ ਜਿਹੜੇ ਜਨਕ ਹੈਗੇ ਨੇ ਪਾਲ ਸਿੰਘ ਪੂਰੇਵਾਲ ਸਾਹਿਬ ਉਹਨਾਂ ਦੇ ਨਾਲ ਵੀ ਤੁਸੀਂ ਸਾਡੇ ਵੱਖ ਵੱਖ ਪ੍ਰੋਗਰਾਮਾਂ ਦੇ ਵਿੱਚ ਇੰਟਰਵਿਊ ਦੇਖੀ ਹੈ ਲੇਕਿਨ ਨਾਨਕਸ਼ਾਹੀ ਕੈਲੰਡਰ ਦੇ ਨਾਲ ਜੁੜੀ ਤਮਾਮ ਕੰਟਰੋਵਰਸੀ ਜ਼ਿਆਦਾਤਰ ਪੋਲੀਟੀਕਲ ਓਵਰਟੋਨਸ ਅਖਤਿਆਰ ਕਰ ਚੁੱਕੀ ਹੈ ਇਹਦੇ ਕ੍ਰਿਟਿਕਸ ਤੇ ਇਹਦੇ ਹਿਮਾਇਤੀਆਂ ਦੇ ਪੋਲੀਟੀਕਲ ਕਲ ਰਹੀਆਂ ਉਹਨਾਂ ਦੀ ਅਫੀਲੀਏਸ਼ਨ ਜ਼ਿਆਦਾ ਵੱਡਾ ਇਸ਼ੂ ਬਣ ਚੁੱਕਿਆ ਹੈ ਕਿਤੇ ਨਾ ਕਿਤੇ ਲੌਜਿਕ ਤੇ ਮੈਰਿਟ ਪੂਰੇ ਮਸਲੇ ਦੇ ਉੱਤੇ ਚਰਚਾ ਦਾ ਲੌਸਟ ਹੋ ਚੁੱਕਿਆ ਹੈਗਾ ਇਸ ਵਕਤ ਨਦਾਰਦ ਨਜ਼ਰ ਆ ਰਿਹਾ ਇਸ ਪੂਰੀ ਡਿਬੇਟ ਦੇ ਵਿੱਚੋਂ ਇਹ ਬੜਾ ਵੱਡਾ ਇਸ਼ੂ ਹੈ ਨਾਨਕਸ਼ਾਹੀ ਕੈਲੰਡਰ ਕਿਉਂਕਿ ਕਾਫੀ ਅਹਿਮ ਕੈਲੰਡਰ ਹੈ ਸਿੱਖਾਂ ਲਈ ਅੱਜ ਕਿਉਂ ਉਸਦੀ ਮੈਰਿਟਸ ਉਸਦੇ ਲੌਜਿਕ ਨੂੰ ਨਹੀਂ ਦੇਖਿਆ ਜਾ ਪਾ ਰਿਹਾ ਹਾਲਾਂਕਿ ਪਿਛਲੇ 10 ਸਾਲਾਂ ਵਿੱਚ ਲਗਭਗ 4 ਐਸੀ ਕਮੇਟੀਆਂ ਇਨਕਲੂਡਿੰਗ ਉਹ ਵਾਲੀ ਕਮੇਟੀ ਜੋ ਕਿ ਹਾਲ ਵਿੱਚ SGPC ਵੱਲੋਂ ਬਣਾਈ ਗਈ ਹੈ ਸਥਾਪਿਤ ਕੀਤੀਆਂ ਗਈਆਂ ਨੇ ਇਸ ਦੀ ਸਮੀਖਿਆ ਕਰਨ ਲਈ ਇਹਦੀ ਘੋਖ ਕਰਨ ਲਈ ਲੇਕਿਨ ਇਸ ਦੇ ਬਾਵਜੂਦ ਕਿਉਂ ਨਾਨਕਸ਼ਾਹੀ ਕੈਲੰਡਰ ਉੱਤੇ ਤਮਾਮ ਕਿਰਤੂ ਪਰੰਤੂ ਅਜੇ ਵੀ ਜਾਰੀ ਨੇ ਤੇ ਮੌਜੂਦਾ 10 ਮੈਂਬਰੀ ਕਮੇਟੀ ਕੀ ਕੁਝ ਜਸਟਿਸ ਕਰ ਪਾਏਗੀ ਇਸ ਕੈਲੰਡਰ ਦੇ ਨਾਲ ਇਹ ਵੇਖਣ ਵਾਲੀ ਗੱਲ ਹੋਏਗੀ ਅੱਜ ਇਸ ਸਟ੍ਰੇਟ ਟਾਕ ਦੇ ਐਪੀਸੋਡ ਵਿੱਚ ਸਾਡੇ ਨਾਲ ਇੱਕ ਐਸੇ ਖਾਸ ਮਹਿਮਾਨ ਮੌਜੂਦ ਨੇ ਜਿਨ੍ਹਾਂ ਨੇ ਕਿ ਪਿਛਲੇ ਲਗਭਗ ਇੱਕ ਦਹਾਕੇ ਤੋਂ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕੀਤਾ ਹੈ ਵਿਰੋਧ ਕੁਝ ਐਸੇ ਟੈਕਨੀਕਲ ਤੇ ਲੌਜੀਕਲ ਗਰਾਊਂਡਸ ਦੇ ਉੱਤੇ ਜੋ ਕਿ ਸ਼ਾਇਦ ਉਹ ਤਮਾਮ ਲੋਕਾਂ ਦੀ ਸਮਝ ਤੋਂ ਬਾਹਰ ਹੈਗੇ ਨੇ ਜੋ ਕਿ ਅੱਜ ਪੋਲੀਟੀਕਲ ਮਕਸਦ ਜਾਂ ਪੋਲੀਟੀਕਲ ਮੁਫਾਦਾਂ ਦੇ ਚੱਲਦਿਆਂ ਇਸ ਦਾ ਕ੍ਰਿਟਿਸਿਜ਼ਮ ਕਰ ਰਹੇ ਨੇ ਜਾਂ ਇਸ ਦੀ ਹਿਮਾਇਤ ਕਰ ਰਹੇ ਨੇ ਸਾਡੇ ਨਾਲ ਕਰਨਲ SS ਨਿਸ਼ਾਨ ਸਾਹਿਬ ਮੌਜੂਦ ਹੈਗੇ ਨੇ ਜੋ ਕਿ ਸਕੱਤਰ ਜਨਰਲ ਹੈਗੇ ਨੇ ਸਿੱਖ ਇੰਟੈਲੈਕਚੁਅਲ ਕਾਉਂਸਲ ਦੇ ਤੇ ਇਸ ਦੇ ਨਾਲ ਹੀ ਸਾਬਕਾ ਡੈਪਟੀ ਡਾਇਰੈਕਟਰ ਹੈਗੇ ਨੇ ਸਰਵੇ ਆਫ ਇੰਡੀਆ ਦੇ ਬਹੁਤ ਬਹੁਤ ਸਵਾਗਤ ਹੈ ਕਰਨਲ ਨਿਸ਼ਾਨ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਤੁਹਾਨੂੰ ਨਾਨਕਸ਼ਾਹੀ ਕੈਲੰਡਰ ਦੇ ਕ੍ਰਿਟਿਕਸ ਵਿੱਚੋਂ ਮੰਨਿਆ ਜਾਂਦਾ ਹੈਗਾ ਤੇ ਇਹ ਕਿਹਾ ਜਾਂਦਾ ਹੈਗਾ ਵੀ ਇਹਦਾ ਕ੍ਰਿਟਿਸਿਜ਼ਮ ਇਸ ਵਾਸਤੇ ਹੋ ਰਿਹਾ ਵੀ ਕੁਝ ਐਸੀਆਂ ਤਾਕਤਾਂ ਹੈ ਕੁਝ ਐਸੀਆਂ ਸ਼ਕਤੀਆਂ ਹੈ ਕੁਝ ਐਸੇ ਲੋਕ ਹੈਗੇ ਨੇ ਜੋ ਕਿ ਕਿਤੇ ਨਾ ਕਿਤੇ ਹਿੰਦੂ ਜਿਹੜੀ ਸੋਚ ਹੈਗੀ ਹੈ ਉਸ ਨੂੰ ਅੱਗੇ ਮੋਹਰੀ ਰੱਖਣਾ ਚਾਹੁੰਦੇ ਨੇ ਸ਼ਾਇਦ ਇਹੀ ਕਾਰਨ ਹੈ ਵੀ ਉਹ ਵਿਕਰਮੀ ਕੈਲੰਡਰ ਜਿਸ ਦੇ ਉੱਤੇ ਅਜੇ ਤੱਕ ਜਿਹੜਾ ਸਾਡੀਆਂ ਸਿੱਖ ਡੇਟਸ ਬੇਸਡ ਹੁੰਦੀਆਂ ਆ ਰਹੀਆਂ ਉਸ ਨੂੰ ਲਾਂਭੇ ਕਰਨ ਦੀ ਕੋਈ ਵੀ ਕੋਸ਼ਿਸ਼ ਜੇ ਨਾਨਕਸ਼ਾਹੀ ਕੈਲੰਡਰ ਦੀ ਉਹਦੀ ਸ਼ਕਲ ਵਿੱਚ ਹੁੰਦੀ ਹੈ ਉਸ ਦਾ ਵਿਰੋਧ ਕੀਤਾ ਜਾਂਦਾ ਪੁਰਜ਼ੋਰ ਵਿਰੋਧ ਕੀਤਾ ਜਾਂਦਾ ਹੈ ਕੀ ਕਾਰਨ ਹੈ ਵੀ 6 ਸਾਲ ਲਾਗੂ ਹੁੰਦੇ 6 ਸਾਲ ਦੇ ਬਾਅਦ ਵੀ ਨਾਨਕਸ਼ਾਹੀ ਕੈਲੰਡਰ ਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ ਤੁਹਾਡੇ ਵਰਗੇ ਲੋਕ ਮੈਂ ਸ਼ੁਰੂ ਤੋਂ ਦੱਸ ਰਿਹਾ ਕਿ ਵਿਕਰਮੀ ਸੰਮਤ ਨੂੰ ਹਿੰਦੂ ਸੰਮਤ ਕਹਿਣਾ ਜਾਂ ਹਿੰਦੂ ਕੈਲੰਡਰ ਕਹਿਣਾ ਉਹ ਹੀ ਸਾਰਿਆਂ ਨਾਲੋਂ ਪਹਿਲੀ ਵੱਡੀ ਭੁੱਲ ਹੈ ਵਿਕਰਮੀ ਕੈਲੰਡਰ ਸਾਡੇ ਖੇਤੇ ਦਾ ਕੈਲੰਡਰ ਹੈ ਸਾਡੇ ਦੇਸ਼ ਦਾ ਕੈਲੰਡਰ ਹੈ ਔਰ ਇਸੇ ਕੈਲੰਡਰ ਨੂੰ ਔਰ ਇਸੇ ਸੰਮਤ ਨੂੰ ਗੁਰੂ ਸਾਹਿਬ ਨੇ ਆਪਣੀ ਲਿਖਤਾਂ ਵਿੱਚ ਪ੍ਰਵਾਨ ਕੀਤਾ ਹੋਰ ਕਿਸੇ ਸੰਮਤ ਵਿੱਚ ਉਹਨਾਂ ਨੇ ਆਪਣੇ ਜਿੰਨੇ ਵੀ ਹੁਕਮਨਾਮੇ ਜਾਰੀ ਕੀਤੇ ਨੇ ਗੁਰੂ ਦਸਮ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਜਿੱਥੇ ਜ਼ਿਕਰ ਕੀਤਾ ਹੈ ਇਸੇ ਸੰਬੰਧ ਦੀਆਂ ਤਰੀਖਾਂ ਦਾ ਔਰ ਇਸੇ ਸੰਬੰਧ ਦਾ ਜ਼ਿਕਰ ਕੀਤਾ ਮੇਰਾ ਓਬਜੈਕਸ਼ਨ ਸ਼ੁਰੂ ਤੋਂ ਇਹ ਰਿਹਾ ਕਿ ਇਹਦੇ ਵਿੱਚ ਕੋਈ ਹਰਜ ਨਹੀਂ ਕਿ ਸਿੱਖਾਂ ਨੇ ਅਗਰ ਆਪਣਾ ਨਵਾਂ ਕੈਲੰਡਰ ਬਣਾਉਣਾ ਹੈ ਉਹਨਾਂ ਨੂੰ ਪੂਰਾ ਹੱਕ ਹੈ ਕਿ ਉਹ ਆਪਣਾ ਨਵਾਂ ਕੈਲੰਡਰ ਬਣਾ ਸਕਦੇ ਨੇ ਉਹ ਟ੍ਰਾਪੀਕਲ ਬਣਾਉਣਾ ਚਾਹੁੰਦੇ ਨੇ ਜਾਂ ਆਪਣਾ ਸਨੇਰੀਓ ਬਣਾਉਣਾ ਚਾਹੁੰਦੇ ਨੇ ਉਹਨਾਂ ਦੀ ਆਪਣੀ ਮਰਜ਼ੀ ਹੈਗੀ ਹੈ ਤੁਸੀਂ ਪ੍ਰਿੰਸੀਪਲੀ ਨਾਨਕਸ਼ਾਹੀ ਕੈਲੰਡਰ ਦੀ ਫੇਵਰ 'ਚ ਹੋ ਜਾਂ ਉਹਦੇ ਵਿਰੋਧ ਦੇ ਵਿੱਚ ਹੋ ਮੈਂ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਹਾਂ ਪਰ ਜਿਹੜਾ ਨਾਨਕਸ਼ਾਹੀ ਕੈਲੰਡਰ ਪੂਰੇਵਾਲ ਨੇ ਬਣਾ ਕੇ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਹੈ ਮੈਂ ਉਹਦੇ ਵਿਰੋਧ 'ਚ ਪਾਲ ਸਿੰਘ ਪੂਰੇਵਾਲ ਸਾਹਿਬ ਨਾਲ ਵੀ ਸਾਡੀ ਇਸ ਮਤਲਬ ਗੱਲ ਹੋਈ ਉਹਨਾਂ ਨੇ ਕਿਹਾ ਵੀ ਇਸ ਬਾਬਤ ਕੋਈ ਵੀ ਓਬਜੈਕਸ਼ਨ ਸਹੀ ਤਰੀਕੇ ਨਾਲ ਸਹੀ ਸਮੇਂ ਤੇ ਰੇਜ਼ ਨਹੀਂ ਕੀਤਾ ਗਿਆ ਤੇ ਲਾਗੂ ਹੋਣ ਤੋਂ ਬਾਅਦ ਕਈ ਸਾਲਾਂ ਬਾਅਦ ਰਾਦਰ ਇੱਕ ਇੱਕ ਸੋਚੇ ਸਮਝੇ ਮੋਟਿਵ ਦੇ ਤਹਿਤ ਇਸ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਨਾਨਕਸ਼ਾਹੀ ਕੈਲੰਡਰ ਨੂੰ ਕੀ ਇਹ ਗੱਲ ਸਹੀ ਹੈ ਵੀ ਓਬਜੈਕਸ਼ਨ ਰੇਜ਼ ਸਹੀ ਸਮੇਂ ਤੇ ਤੁਹਾਡੇ ਵਰਗੇ ਲੋਕਾਂ ਨੇ ਨਹੀਂ ਕੀਤੇ ਇਹ ਬਿਲਕੁਲ ਗਲਤ ਗੱਲ ਹੈ ਮੈਂ ਜਿੰਨੀਆਂ ਵੀ ਮੀਟਿੰਗਾਂ ਅਟੈਂਡ ਕੀਤੀਆਂ ਨੇ ਅਕਾਲ ਤਖਤ ਦੇ ਉੱਤੇ ਐਜ਼ ਏ ਸਪੈਸ਼ਲ ਇਨਵਾਈਟੀ ਜਾਂ ਐਜ਼ ਏ ਮੈਂਬਰ ਆਫ ਦੀ ਕਮੇਟੀ ਮੈਂ ਸਾਰੀਆਂ ਮੀਟਿੰਗਾਂ ਦੇ ਵਿੱਚ ਆਪਣੇ ਓਬਜੈਕਸ਼ਨ ਜ਼ਬਾਨੀ ਤੌਰ ਤੇ ਵੀ ਔਰ ਲਿਖਤੀ ਤੌਰ ਤੇ ਵੀ ਅਕਾਲ ਤਖਤ ਤੇ ਪੇਸ਼ ਕੀਤੇ ਨੇ ਜਿਨ੍ਹਾਂ ਦਾ ਅੱਜ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ 23 ਤਰੀਕ ਨੂੰ ਓਬਜੈਕਸ਼ਨ ਪ੍ਰੋਪਰਲੀ ਐਡਰੈਸਡ ਸਨ ਟੂ ਪਾਲ ਸਿੰਘ ਪੂਰੇਵਾਲ ਜਾਂ ਉਹ ਜਿਹੜੀ 11 ਮੈਂਬਰ ਜਾਂ 7 ਮੈਂਬਰੀ ਕਮੇਟੀਆਂ ਬੈਠੀ ਜਿਹਦੇ ਤੁਸੀਂ ਵੀ ਸਪੈਸ਼ਲ ਇਨਵਾਈਟੀ ਮੇਰੇ ਜਿੰਨੇ ਵੀ ਓਬਜੈਕਸ਼ਨ ਸਨ ਕਿਉਂਕਿ ਸਾਰੀਆਂ ਮੀਟਿੰਗਾਂ ਅਕਾਲ ਤਖਤ ਦੀ ਛਤਰ ਛਾਇਆ ਥੱਲੇ ਹੋ ਰਹੀਆਂ ਸਨ ਮੇਰੇ ਸਾਰੇ ਓਬਜੈਕਸ਼ਨ ਜਿਹੜੇ ਨੇ ਜਸਦਾਰ ਅਕਾਲ ਤਖਤ ਨੂੰ ਐਡਰੈਸ ਸਨ ਔਰ ਜ਼ਰੂਰੀ ਗੱਲ ਹੈ ਕਿ ਉਹ ਸਾਰੇ ਓਬਜੈਕਸ਼ਨ ਇਨ ਕੋਲ ਪਹੁੰਚੇ ਨੇ ਓਬਜੈਕਸ਼ਨਸ ਜਿਹੜੇ ਤੁਹਾਡੇ ਵੱਲੋਂ ਪਿਛਲੇ ਲਗਭਗ ਇੱਕ ਦਸ਼ਕ ਚ ਦਹਾਕੇ ਦੇ ਵਿੱਚ ਲਾਏ ਗਏ ਹੈਗੇ ਨੇ ਉਹ ਤੁਸੀਂ 1999 ਨੂੰ ਬੇਸ ਈਅਰ ਨਾਨਕਸ਼ਾਹੀ ਕੈਲੰਡਰ ਦਾ ਲੈਣ ਦੀ ਵਿਰੋਧਤਾ ਕਰ ਰਹੇ ਹੋ ਤੀਸਰਾ ਤੁਹਾਡਾ ਕਹਿਣਾ ਵੀ ਕਨਵਰਜਨਸ ਜਿਹੜੀਆਂ ਹੈ ਸਹੀ ਨਹੀਂ ਹੋਈਆਂ ਇਹ ਸਾਰੀ ਟੈਕਨੀਕੈਲਿਟੀਜ਼ ਦੇ ਬਾਰੇ ਸਾਨੂੰ ਥੋੜਾ ਜਾਣੂ ਕਰਾਓ ਜਿਸ ਤੱਕ ਲੂਨਰ ਬੇਸ ਦਾ ਤੁਲਕ ਹੈ ਕਿ ਦੁਨੀਆ ਦੇ ਜਿੰਨੇ ਵੀ ਮੇਜਰ ਜਾਂ ਮੁੱਖ ਧਰਮ ਨੇ ਚਾਹੇ ਉਹ ਕ੍ਰਿਸਚਨ ਨੇ ਮੁਸਲਮਾਨ ਨੇ ਬੁੱਧ ਨੇ ਹਿੰਦੂ ਨੇ ਜੈਨ ਨੇ ਉਹਨਾਂ
ਕਿਉਂਕਿ ਅਗਰ ਕੈਲੰਡਰਾਂ ਦੀ ਅਸੀਂ ਵਿਹਾਰਕ ਤੌਰ 'ਤੇ ਵੰਡ ਕਰੀਏ ਤਾਂ ਦੋ ਕਿਸਮ ਦੇ ਕੈਲੰਡਰ ਦੁਨੀਆਂ 'ਚ ਆਮ ਪ੍ਰਚਲਿਤ ਨੇ ਇੱਕ ਬਿਜ਼ਨਸ ਕੈਲੰਡਰ ਨੇ ਜਿਨ੍ਹਾਂ ਦੇ ਤਹਿਤ ਸਾਰੇ ਦੁਨੀਆਂ ਦੇ ਆਪਣੇ ਕਾਰੋਬਾਰ ਜਾਂ ਗੌਰਮੈਂਟ ਦੇ ਆਪਣੇ ਕੰਮ ਚੱਲਦੇ ਨੇ ਦੂਜੇ ਧਾਰਮਿਕ ਕੈਲੰਡਰ ਨੇ ਜਿਹਦੇ ਜਿਨ੍ਹਾਂ ਦੇ ਹਿਸਾਬ ਨਾਲ ਸਾਰੇ ਧਰਮਾਂ ਦੇ ਆਪਣੇ ਤਿਉਹਾਰ ਗੁਰਪੁਰਬ ਮਨਾਏ ਜਾਂਦੇ ਨੇ ਚਾਹੇ ਉਹ ਗੁੱਡ ਫਰਾਈਡੇ ਹੋਵੇ ਚਾਹੇ ਈਸਟਰ ਹੈ ਰਾਮਨੌਮੀ ਹੈ ਜਨਮ ਅਸ਼ਟਮੀ ਹੈ ਈਦਾਂ ਨੇ ਬੁੱਧਾ ਪੂਰਨਮ ਹੈ ਇਹ ਸਾਰੇ ਹੀ ਤਿਉਹਾਰ ਜਿਹੜੇ ਨੇ ਲੂਨਰ ਬੇਸ 'ਤੇ ਮਨਾਏ ਜਾਂਦੇ ਨੇ ਔਰ ਉਹਦਾ ਮੁੱਖ ਕਾਰਨ ਇਹ ਵੇ ਕਿ ਚੰਦਰਮਾ ਦੀ ਮੂਵਮੈਂਟ ਔਰ ਚੰਦਰਮਾ ਦੀ ਪੂਰਨਮਾਸ਼ੀ ਜਾਂ ਮੱਸਿਆ ਉਹ ਕਿਸੇ ਇਨਸਾਨ ਦੇ ਵੱਸ ਨਹੀਂ ਕਿ ਉਹਨੂੰ ਬਦਲ ਸਕੇ ਉਹ ਹਮੇਸ਼ਾ ਫਿਕਸ ਨੇ ਔਰ ਇਸੇ ਲਈ ਸੋਲਰ ਕੀ ਪ੍ਰੋਬਲਮ ਹੈ ਸੂਰਜ ਦੀ ਮੂਵਮੈਂਟ ਜਾਂ ਸੂਰਜ ਦੀ ਜਿਹੜਾ ਡਾਇਨਾਮਿਕਸ ਹੈ ਉਹਦੇ 'ਚ ਕੀ ਪ੍ਰੋਬਲਮ ਹੈ ਸੋਲਰ ਬੇਸ 'ਤੇ ਨਾਨਕਸ਼ਾਹੀ ਕੈਲੰਡਰ ਬੇਸਡ ਹੈ ਨਾ ਇਸ ਵਕਤ ਨਾਨਕਸ਼ਾਹੀ ਕੈਲੰਡਰ ਨੂੰ ਜਿਹੜਾ ਸੋਲਰ ਬੇਸ 'ਤੇ ਲੈ ਗਏ ਹੈਗੇ ਨੇ ਉਹ ਖਾਸ ਕਰਕੇ ਇਸ ਲਈ ਲੈ ਗਏ ਨੇ ਕਿ ਅਗਰ ਅਸੀਂ ਲੂਨਰ ਬੇਸ 'ਤੇ ਜਾਂ ਵਿਕਰਮੀ ਕੈਲੰਡਰ 'ਤੇ ਰਹਿੰਦੇ ਹਾਂ ਤਾਂ ਇਹਦੀਆਂ ਡੇਟਾਂ ਜਿਹੜੀਆਂ ਨੇ ਸ਼ਿਫਟ ਹੋ ਰਹੀਆਂ ਨੇ ਜਿਵੇਂ ਕਿ ਵਿਸਾਖੀ ਪਹਿਲਾਂ 9 ਤਰੀਕ ਨੂੰ ਸੀਗੀ ਫਿਰ 10 ਨੂੰ ਹੋ ਗਈ ਫਿਰ 11 ਨੂੰ ਹੋ ਗਈ ਫਿਰ 12 ਨੂੰ ਹੋ ਗਈ ਹੁਣ 14 ਨੂੰ ਹੋ ਗਈ ਹੈ ਔਰ ਹੋ ਸਕਦਾ ਕਿ 10-11 ਹਜ਼ਾਰ ਸਾਲ ਬਾਅਦ ਇਹ ਵਿਸਾਖੀ ਜਿਹੜੀ ਦਸੰਬਰ ਵਿੱਚ ਆ ਜਾਏ ਹੁਣ ਵੇਖਣ ਵਾਲੀ ਗੱਲ ਇਹ ਵੇ ਕਿ ਵਿਸਾਖੀ ਬਦਲ ਰਹੀ ਹੈ ਜਾਂ ਕਿ ਟ੍ਰੈਪੀਕਲ ਡੇਟਾ ਬਦਲ ਰਹੀਆਂ ਨੇ ਇੱਥੇ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਣਾ ਮੈਂ ਤੁਹਾਨੂੰ ਇਸ ਵਾਸਤੇ ਰੋਕਣਾ ਚਾਹਾਂਗਾ ਸ਼ਾਇਦ ਦਰਸ਼ਕ ਕਿਸੇ ਨੂੰ ਪਸੰਦ ਨਹੀਂ ਕਰਨਗੇ ਇਸ ਤਰੀਕੇ ਨਾਲ ਇੰਟਰਵਿਊ ਕਰਨਾ ਕਿਉਂਕਿ ਇਹ ਕਾਫੀ ਟੈਕਨੀਕਲ ਨੁਕਤੇ 'ਤੇ ਸਾਨੂੰ ਜਾਣਕਾਰੀ ਦੇ ਰਹੇ ਨੇ ਲੇਕਿਨ ਉਸ ਟੈਕਨੀਕਲ ਨੁਕਤੇ ਨੂੰ ਪੂਰੀ ਜੜ੍ਹ ਤੋਂ ਸਮਝਣ ਦੀ ਕੋਸ਼ਿਸ਼ ਹੋਏਗੀ ਕਿਉਂਕਿ ਪਿਓਰਲੀ ਐਂਡ ਪਿਓਰਲੀ ਨਾਨਕਸ਼ਾਹੀ ਕੈਲੰਡਰ ਦੇ ਉੱਤੇ ਜਿਹੜਾ ਉੱਠ ਰਿਹਾ ਵਿਵਾਦ ਹੈ ਉਹਦਾ ਇੱਕ ਮੈਥਮੈਟੀਕਲ ਇਸ਼ੂ ਹੈਗਾ ਇੱਕ ਅਰਥਮੈਟਿਕ ਇਸ਼ੂ ਹੈਗਾ ਜਿਸਨੂੰ ਕਿ ਅੱਜ ਕੋਈ ਵੀ ਐਡਰੈਸ ਕਰ ਨਹੀਂ ਪਾ ਰਿਹਾ ਅਤੇ ਇਸ ਦੇ ਬਨਿਸਪਤ ਪੋਲੀਟੀਕਲ ਵੋਟੋਂ ਜ਼ਿਆਦਾ ਮਹੱਤਵਪੂਰਨ ਸਮਝੇ ਜਾਂਦੇ ਨੇ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਮੈਥਮੈਟੀਕਲ ਐਸਟ੍ਰੋਨੋਮੀਕਲ ਜਿਹੜੇ ਆਸਪੈਕਟ ਹੈਗੇ ਨੇ ਨਾਨਕਸ਼ਾਹੀ ਕੈਲੰਡਰ ਉਹਨਾਂ ਉੱਤੇ ਕ੍ਰਿਟੀਕਲ ਰਿਵਿਊ ਲੈ ਕੇ